ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਕੋਲ ਪੈਂਦੀ ਨਹਿਰ ਚ ਵਣ ਪਛਾਤੀ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ ਤੇ ਪੂਰਾ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਲਾਸ਼ ਨੀ ਬੁਰੀ ਤਰ੍ਹਾਂ ਸਲਗੜ ਚੁੱਕੀ ਹੈ ਕਿ ਇਹਦੀ ਪਹਿਚਾਣ ਹੋਣਾ ਵੀ ਕਾਫੀ ਮੁਸ਼ਕਿਲ ਹੋ ਰਿਹਾ ਹੈ। ਪੁਲਿਸ ਫਿਲਹਾਲ ਮਾਮਲੇ ਦੀ ਪੜਤਾਲ ਕਰ ਰਹੀ ਹੈ। ਮੈਂ ਆਟੋ 'ਚ ਜਾਂਦਾ ਪਿਆ ਸੀ ਅਤੇ ਪਿੱਛੋਂ ਦੀ ਆਟੋ ਨਹਿਰ ਲੱਗੋ ਨਿਕਲਿਆ ਅਤੇ ਮੈਂ ਦੇਖਿਆ ਕਿ ਕੋਈ ਚੀਜ਼ ਰੁੜ ਕੇ ਆਈ ਸੀ ਪਿੱਛੋਂ ਦੀ ਅਤੇ ਮੈਂ ਆਟੋ ਵਾਲਿਆਂ ਨੂੰ ਰੋਕਿਆ ਕਿ ਕੋਈ ਪਿੱਛੋਂ ਚੀਜ਼ ਆ ਜਾਂਦੀ ਹੈ ਬੰਦਾ ਅਤੇ ਇਸ ਕਰਕੇ ਆਟੋ ਵਾਲਿਆਂ ਨੇ ਅੱਗੇ ਆਟੋ ਰੋਕਿਆ। ਮੈਂ ਪਿੱਛੇ ਆ ਕੇ ਦੇਖਿਆ ਇੱਕ ਬੰਦਾ ਹੋਰ ਖਲੋਤਰਾ ਸੀ, ਉਹਨਾਂ ਨੇ ਦੇਖਿਆ ਕਿ ਕੋਈ ਚੀਜ਼ ਆ ਜਾਂਦੀ ਰੋਡ ਦੀ ਅਤੇ ਉਹਨਾਂ ਨੇ ਦੇਖਿਆ ਕਿ ਕੋਈ ਬੰਦਾ ਹੀ ਹੈ ਅਤੇ ਫਿਰ ਆਪਾਂ ਸਾਰੇ ਹੁੰਦੇ ਇੱਥੇ ਰੁਕ ਗਏ ਅਤੇ ਬਸ ਫਿਰ ਅੱਗੇ ਆਏ ਸਾਰਿਆਂ ਨੇ ਇਕੱਠੇ ਹੋ ਗਏ। ਥਾਣੇ ਤਲਾਬ ਮਿਲੀ ਹੈ ਅਤੇ ਇੱਕ ਛੋਟੀ ਨਹਿਰ ਦੇ ਵਿੱਚ ਪਾਣੀ ਵਿੱਚ ਇੱਕ ਡੈੱਡ ਬੋਡੀ ਪਈ ਹੈ। ਜਿਹੜਾ ਮੌਕੇ 'ਤੇ ਆ ਕੇ ਦੇਖਿਆ ਇੱਕ ਲਾਸ਼ ਮਿਲੀ ਹੈ ਜੈਂਟਸ ਦੀ ਹੈ ਜਿਹਦੀ ਉਮਰ ਕਰੀਬ 30-35 ਸਾਲ ਦੇ ਲਾਗੇ ਨੀਅਰ ਅਬਾਊਟ ਲੱਗਦੀ ਹੈ ਅਤੇ ਗਲ ਸੜ ਗਈ ਹੈ ਅਤੇ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਪਿੱਛੋਂ ਕੋਈ ਡੁੱਬ ਕੇ ਆਈ ਹੋਏ ਅਤੇ ਬਾਕੀ ਜਿਹੜੀ ਹੈ ਇਹਦੀ ਕਾਰਵਾਈ ਕਰਕੇ ਅਤੇ ਜੋ ਪੋਸਟ